ਪੰਜਾਬ ਦੀ ਜਿਹੜੀ ਸਿਆਸਤ ਵੱਡੇ ਚਿਹਰੇ ਗੁੰਮ ਨਾਮ ਨੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਚਲੋ ਦੁਨੀਆ ਛੱਡ ਗਏ ਨੇ ਫਿਰ ਕੈਪਟਨ ਮਰਿੰਦਰ ਸਿੰਘ ਹਲੇ ਤੱਕ ਦਿਖਾਈ ਨਹੀਂ ਦੇ ਰਹੇ ਨਵਜੋਤ ਸਿੰਘ ਸਿੱਧੂ ਨਹੀਂ ਦਿਖਾਈ ਦੇ ਰਹੇ ਜਿਹੜਾ ਪੰਜਾਬ ਦੇ ਚਿਹਰੇ ਸੀ ਕੈਪਟਨ ਮਰਿੰਦਰ ਸਿੰਘ ਸ਼ਾਇਦ ਚੰਡੀਗੜ੍ਹ ਹੀ ਨੇ ਉਹਨਾਂ ਦੀ ਘਰ ਵਾਲੀ ਪਟਿਆਲੇ ਤੋਂ ਪ੍ਰਨੀਤ ਕੌਰ ਚੌਂੜ ਲੜ ਰਹੀ ਆ ਪੱਲੇ ਹੱਲੇ ਤੱਕ ਨ ਨਹੀਂ ਪਰ ਹੋ ਸਕਦਾ ਹੈ ਕਿ ਕੈਪਟਨ ਮਰਿੰਦਰ ਸਿੰਘ ਵੀ ਉਹ ਮੌਕੇ ਤੇ ਜਾਂਦੇ ਹੁੰਦੇ ਉਹਨਾਂ ਨੇ ਸ਼ਹਿਰ ਹੀ ਕੱਢਣਾ ਹੋ ਸਕਦਾ ਹੈ ਕਿ ਜਿੱਦਣ ਉਹਨੇ ਨਾਮਿਨੇਸ਼ਨ ਕਰਨੀ ਆ ਪ੍ਰਨੀਤ ਕੌਰ ਉਹਨਾਂ ਨੇ ਉਹਦਨੇ ਇੱਕ ਪਟਿਆਲੇ ਦੇ ਲੋਕਾਂ ਨੂੰ ਰੋਡ ਸ਼ੋਅ ਜਾਂ ਦਿਖਾ ਦੇਣ ਗੇੜੀ ਜੀ ਮਰਵਾ ਦੇਣ ਕੈਪਟਨ ਪਰ ਇਸ ਵਾਰ ਪੰਜਾਬ ਜਿਹੜੀ ਲੋਕ ਸਭਾ ਚੋਣਾਂ ਹੋ ਰਹੀਆਂ ਪੰਜਾਬ ਦੀਆਂ ਵੱਖਰੀਆਂ ਵੱਖਰੀਆਂ ਵੀ ਲੱਗ ਰਹੀਆਂ ਔਰ ਦਿਲਚਸਪ ਮੁਕਾਬਲੇ ਵੀ ਹੋਣਗੇ ਟੱਕਰ ਬੜੀ ਤਗੜੀ ਹੋਗੀ ਚਾਹੇ ਉਹ ਟੱਕਰ ਲਾ ਲਓ ਤੁਸੀਂ ਸੰਗਰੂਰ ਦੀ ਲਾਓ ਚਾਹੇ ਬਠਿੰਡਾ ਦੀ ਲਾਓ ਚਾਹੇ ਪਟਿਆਲਾ ਦੀ ਲਾਓ ਚਾਹੇ ਖਡੂਰ ਸਾਹਿਬ ਦੀ ਲਾਓ ਇਹ ਟੱਕਰ ਹਜੇ ਕਿਤੇ ਕਾਂਗਰਸ ਪਾਰਟੀ ਨੇ ਵੀ ਗੁਰਦਾਸਪੁਰ ਤੋਂ ਉਮੀਦਵਾਰ ਦੇਣਾ ਨੰਦਪੁਰ ਸਾਹਿਬ ਤੋਂ ਉਮੀਦਵਾਰ ਦੇਣਾ ਲੁਧਿਆਣੇ ਤੋਂ ਦੇਣਾ ਖਡੂਰ ਸਾਹਿਬ ਤੋਂ ਜੋ ਆਪਣੇ ਜਾਣਕਾਰ ਦੱਸਦੇ ਨੇ ਕਿ ਰਾਣਾ ਗੁਰਜੀਤ ਸਿੰਘ ਦਾ ਪੱਕਾ ਹੀ ਹੋ ਗਿਆ ਇੱਕ ਦੋਨਾਂ ਦੇ ਵਿੱਚ ਜਿਹੜੀ ਸਥਿਤੀ ਆ ਹੀ ਜਾਏਗੀ ਪਰ ਇਹ ਹੈ ਕਿ ਕਾਲੀ ਜਿਹਨਾਂ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਵਾਰ-ਵਾਰ ਕਿ ਅਸੀਂ 13 ਦੀਆਂ 13 ਜਿੱਤਣੀਆਂ ਹਨ ਜਾਂ ਉਹ ਕਾਲੀ ਦਲ ਤੇ ਜਾਂ ਕਾਂਗਰਸ ਕਹਿ ਰਹੇ ਕਿ ਕਿਤੇ 0 13 ਨਾ ਹੋ ਜੇ ਨਾ ਇਹ ਹੁਣ ਕਿਉਂਕਿ ਪੋਲੀਟੀਕਲ ਸਟੇਟਮੈਂਟ ਹੈ ਕਿਉਂਕਿ ਆਮ ਆਦੀ ਪਾਰਟੀ ਨੂੰ ਡੰਟ ਪਿਆ ਅ ਅਰਵਿੰਦ ਕੇਜਰੀਵਾਲ ਦੇ ਫੜੇ ਜਾਣ ਕਰਕੇ ਜਿਹੜਾ ਪ੍ਰਚਾਰ ਦੇ ਵਿੱਚ ਆਮ ਆਦੀ ਪਾਰਟੀ ਨੂੰ ਡੰਟ ਪਿਆ ਨੁਕਸਾਨ ਹੋ ਰਿਹਾ ਹੈ ਤੇ ਜਿਹੜੇ ਖਡੂਰ ਸਾਹਿਬ ਕਿਉਂ ਵਿਕਾਰੀ ਸੀਟ ਬਣ ਗਈ ਹੈ ਜੇ ਉੱਥੇ ਅਮਰਤਪਾਲ ਸਿੰਘ ਲੜਦੇ ਨੇ ਅਮਰਤਪਾਲ ਸਿੰਘ ਨੂੰ ਲੈ ਕੇ ਜੋ ਇੱਕ ਡਿਜ਼ਾਈਨ ਲੋਕਾਂ ਦੇ ਮਨਾਂ ਦੇ ਵਿੱਚ ਫਿੱਟ ਬੈਠ ਚੁੱਕਾ ਕਿ ਅਮਰਤਪਾਲ ਕੌਣ ਹੈ ਕਿਉਂ ਆਇਆ ਕੀ ਮਕਸਦ ਨੇ ਉਹਨੂੰ ਲੈ ਕੇ ਉਸ ਸੀਟ ਤੋਂ ਕਾਲੀ ਦਲ ਵੀ ਖੱਟਣ ਦੀ ਕੋਸ਼ਿਸ਼ ਕਰੂਗਾ ਔਰ ਕਾਂਗਰਸ ਪਾਰਟੀ ਵੀ ਖੱਟਣ ਦੀ ਕੋਸ਼ਿਸ਼ ਕਰੂ ਔਰ ਭਾਜਪਾ ਵੀ ਖੱਟਣ ਦੀ ਕੋਸ਼ਿਸ਼ ਕਰੂਗੀ ਹਾਲਾਂਕਿ ਬੜੀਆਂ ਜਿਹੜੀਆਂ ਗੁੰਝਲਾਂ ਨੇ ਗੁੰਝਲਾਂ ਦੀਆਂ ਜਿਹੜੀਆਂ ਗੰਡਾਂ ਨਾ ਗੰਡਾਂ ਦੀਆਂ ਗੁੰਝਲਾਂ ਕਿਵੇਂ ਖੋਲਦੀਆਂ ਨੇ ਆਉਣ ਵਾਲਾ ਸਮਾਂ ਤੈਅ ਕਰੇਗਾ ਲੇਕਿਨ ਅੱਜ ਦੀ ਤਰੀਕ ਦੇ ਵਿੱਚ ਕਿਉਂਕਿ ਕਾਲੀ ਦਲ ਇਹ ਨਹੀਂ ਸਿਚਾਉਂਦਾ ਕਿ ਅਸੀਂ ਜੇ ਇਹ ਸੀਟ ਛੱਡਦੇ ਆ ਤੇ ਫਿਰ ਸਾਡਾ 12 ਸੀਟਾਂ ਦੇ ਵੀ ਨੁਕਸਾਨ ਹੋ ਸਕਦਾ ਤੇ ਜੇ ਅਸੀਂ ਲੜਦੇ ਆ ਤੇ ਫਿਰ ਸਾਨੂੰ ਹੋਰ ਸੀਟਾਂ ਦਾ ਵੀ ਫਾਇਦਾ ਹੋ ਸਕਦਾ ਨਫਾ ਨੁਕਸਾਨ ਇਸ ਸੀਟ ਤੇ ਹਰ ਪਾਰਟੀ ਦਾ ਹੋਏਗਾ ਬੀਜੇਪੀ ਦਾ ਤੇ ਚਲੋ ਲੋਕੀ ਤੇ ਜੋ ਉਹਨਾਂ ਦਾ ਜਲੂਸ ਕੱਢ ਰਹੇ ਨੇ ਉਹ ਤੇ ਸਾਰਿਆਂ ਦੇ ਸਾਹਮਣੇ ਬਹੁਤ ਬਹੁਤ ਸੀਟਾਂ ਦੇ ਆਮ ਆਦੀ ਪਾਰਟੀ ਦੇ ਲੀਡਰਾਂ ਦਾ ਵੀ ਜਲੂਸ ਨਿਕਲ ਰਿਹਾ ਪਰ ਕਾਲੀ ਦਲ ਤੇ ਕਾਂਗਰਸ ਵਾਸਤੇ ਇਹ ਇੱਕ ਸੀਟ ਅਜੇ ਹੀ ਕਿ ਜੇ ਲੜਦੇ ਨੇ ਤਦ ਵੀ ਘਾਟਾ ਨਫਾ ਨੁਕਸਾਨ ਜੇ ਛੱਡਦੇ ਤੇ ਨਫਾ ਨੁਕਸਾਨ ਇਸ ਕਰਕੇ ਹੁਣ ਰਾਣਾ ਗਰਜੀਤ ਸਿੰਘ ਆ ਗਿਆ ਔਰ ਕਾਂਗਰਸ ਪਾਰਟੀ ਤੇ ਆਪਣੇ ਆਪ ਨੂੰ ਸਭ ਤੋਂ ਵੱਡੀ ਸੈਕੂਲਰ ਮੰਨਦੀ ਹੈ ਹੁਣ ਤੇ ਭਾਜਪਾ ਵਾਲੇ ਵੀ ਕਹਿੰਦੇ ਕਿ ਸਾਡੇ ਤੋਂ ਵੱਡਾ ਕੋਈ ਰਾਸ਼ਟਰਵਾਦੀ ਨਹੀਂ ਹੈਗਾ ਕਾਲੀ ਦਲ ਵੀ ਜੋ ਕਾਲੀ ਦਲ ਦੀ ਮਾਡਰਨ ਸਿਆਸਤ ਆਈ ਆ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੋਂ ਇਹ ਵੀ ਆਪਣੇ ਆਪ ਤੋਂ ਬਹੁਤ ਵੱਡਾ ਰਾਸ਼ਟਰਵਾਦੀ ਮੰਨਦੇ ਨੇ ਉਹ ਤੇ ਸਾਰਾ ਅਨੰਦਪੁਰ ਸਾਹਿਬ ਮਤਾ ਨੂੰ ਜਦੋਂ ਉਹ ਖਾਲਸਤਾਨੀ ਮਤਾ ਡਿਕਲੇਅਰ ਕਰ ਦਿੱਤਾ ਗਿਆ ਜਾਂ ਅੰਮ੍ਰਿਤਸਰ ਲਾਣ ਲਾਮੇ ਕਾਲਸਾਨੀ ਡਿਕਲੇਅਰ ਕਰ ਦਿੱਤਾਗਾ ਉਦੋਂ ਹੀ ਇਹਨਾਂ ਨੇ 1996 ਦੇ ਵਿੱਚ ਹੌਲੀ 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 ਆਪਾਂ ਨੂੰ ਆਪਣੇ ਆਪ ਨੂੰ ਪੰਜਾਬੀ ਪੰਥਕ ਤੋਂ ਪੰਜਾਬੀ ਪਾਰਟੀ ਕੋਸ਼ਿਸ਼ ਕਰ ਦਿੱਤਾਗਾ ਔਰ ਜਿਹੜੇ 2012 ਤੇ 17 12 ਦੇ ਵਿੱਚ ਇਹਨਾਂ ਦੇ 12 ਜਿਹੜੇ ਹਿੰਦੂ ਭਾਈਚਾਰੇ ਚੋਂ ਐਮਐਲਏ ਜਿੱਤ ਕੇ ਕਾਲੀ ਦਲ ਦੇ ਵਿਧਾਇਕ ਬਣੇ ਸੀ ਇਹ ਸਾਰੇ ਹੁਣ ਇਸੇ ਕਰਕੇ ਕਾਲੀ ਦਲ ਨੂੰ ਲੱਗਦਾ ਜੋ ਸੁਬੀਸ਼ ਸਿੰਘ ਬਾਦੋਂ ਲੱਗਦਾ ਕਿ ਇਲੈਕਸ਼ਨ ਤੇ ਅਸੀਂ ਲੜਨੀ ਲੈਣੀ ਹਾਲਾਂਕਿ ਲੋਕ ਕਹਿੰਣਗੇ ਕਿ ਕਾਲੀ ਦਲ ਨੂੰ ਨਹੀਂ ਲੜਨੀ ਚਾਹੀਦੀ ਪਰ ਹਰ ਪਾਰਟੀ ਦੀ ਇੱਕ ਆਪਣੀ ਪੋਲੀਟੀਕਲ ਵਿਚਾਰਧਾਰਾ ਉਹਨਾਂ ਦੇਖਣਾ ਕਿ ਸਾਨੂੰ ਨਫਾ ਕੀਤੇ ਹੁੰਦਾ ਇਹ ਨਾ ਕਿ ਇੱਕ ਸੀ ਛੱਡ ਕੇ ਸਾਡਾ 12 ਸੀਟਾਂ ਦੇ ਨੁਕਸਾਨ ਹੋ ਜੇ ਇਹ ਹੁਣ ਲੋਕਾਂ ਨੇ ਡਿਸਾਈਡ ਕਰਨਾ ਕਿ ਇਹ ਕਿਵੇਂ ਹੈ ਕਿ ਖਡੂਰ ਸਾਹਿਬ ਦੀ ਹਵਾ ਪੂਰੇ ਪੰਜਾਬ ਚ ਬਣੂਗੀ ਜਾਂ ਅਮਰਪਾਲ ਸਿੰਘ ਦੀ ਜਿਹੜੀ ਇਲੈਕਸ਼ਨ ਲੜ ਕੇ ਕੀ ਉਹ ਗਲਤੀ ਕਰ ਰਿਹਾ ਹੈਗਾ ਜਾਂ ਉਹ ਇਲੈਕਸ਼ਨ ਲੜ ਕੇ ਉਹਨੂੰ ਕੋਈ ਸਿਆਸੀ ਤੌਰ ਤੇ ਫਾਇਦਾ ਮਿਲੂਗਾ ਕਿ ਉਹ ਮੈਂਬਰ ਪਾਰਲੀਮੈਂਟ ਬਣੇਗਾ ਇਸ ਸੀਟ ਤੇ ਮੈਨੂੰ ਲੱਗਦਾ ਕਿ ਕਾਲੀ ਦਲ ਦਾ ਵੀ ਵਕਾਰ ਲੱਗ ਗਿਆ ਔਰ ਅਮਰਤਪਾਲ ਸਿੰਘ ਹੋਣ ਦਾ ਵੀ ਲੱਗਿਆ ਕਿਉਂਕਿ ਪੰਥਕ ਸਿਆਸਤ ਇੱਥੋਂ ਸ਼ੁਰੂ ਹੋ ਸਕਦੀ ਹੈ ਗਿਆ ਕਿਉਂਕਿ ਸਿਮਰਜੀਤ ਸਿੰਘ ਮਾਨ ਹੋਣ ਦਾ ਕਿਉਂਕਿ ਉਹਨਾਂ ਦੀ ਜੋ ਸੋਚ ਆ ਜੋ ਉਹਨਾਂ ਦੀ ਵਿਚਾਰਧਾਰਾ ਸਾਰੀ ਦੁਨੀਆ ਨੂੰ ਪਤਾ ਜੱਗ ਜਾਣ ਦਾ ਪਰ ਜਿੰਨੀ ਕੀ ਉਹਨਾਂ ਨੇ ਕੀਤੀ ਆ ਉਹ ਵੀ ਜੱਗ ਜਾਣ ਦਾ ਹੈਗਾ ਇੱਕ ਇੱਕ ਪੰਥਕ ਪੋਲਿਟਿਕਸ ਨੂੰ ਲੈ ਕੇ ਜਿਹੜਾ ਇੱਕ ਗੈਪ ਆ ਉਹਨੂੰ ਕੋਈ ਨਾ ਕੋਈ ਤੇ ਪੰਜਾਬ ਦੇ ਵਿੱਚ ਇੱਕ ਸਪੇਸ ਪਈ ਹੈਗੀ ਆ ਉਹ ਸਪੇਸ ਕੀ ਅਮਰਤਪਾਲ ਸਿੰਘ ਉਹਨੂੰ ਕੈਪਚਰ ਕਰ ਪਾਏਗਾ ਜਿੱਤ ਹਾਰ ਮੈਟਰ ਨਹੀਂ ਕਰਦੀ ਹੈਗੀ ਜਿੱਤ ਗਿਆ ਠੀਕ ਹੈ ਜੇ ਹਾਰ ਗਿਆ ਤੇ ਤੁਸੀਂ ਸਸਟੇਨ ਕਿਵੇਂ ਕਰਨਾ ਰਾਸੀ ਤੌਰ ਤੇ ਆਪਣੇ ਆਪ ਨੂੰ ਜੀਵਤ ਕਿਵੇਂ ਰੱਖਣਾਗਾ ਉਹ ਵੀ ਬਹੁਤ ਵੱਡੀ ਗੱਲ ਆ ਤੇ ਉਹਦੇ ਵਾਸਤੇ ਐਮਪੀ ਬਣ ਕੇ ਨਹੀਂ ਐਮਐਲਏ ਨਹੀਂ ਬਣ ਕੇ ਤੁਸੀਂ ਵੈਸੇ ਵੀ ਜਿਹੜੇ ਮੁੱਦੇ ਨੇ ਪੰਤਕ ਉਹ ਕਰ ਸਕਦੇ ਜਿਠੇ ਦਾ ਟੋੜਾ ਸਾਹਿਬ ਇੱਕ ਅੱਧੀ ਵਾਰ ਰਾਜ ਸਭਾ ਮੈਂਬਰ ਬਣੇ ਉਹ ਕਿਹੜਾ ਕਦੀ ਐਮਐਲਏ ਬਣੇ ਸੀ ਉਹ ਕਿਹੜਾ ਕਦੀ ਮੁੱਖ ਮੰਤਰੀ ਜਾਂ ਮੰਤਰੀ ਬਣੇ ਸੀ ਪਰ ਉਹਨਾਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਤੇ ਪੰਥਕ ਸਿਆਸਤ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਸਰਜੀਤ ਕੀਤਾ ਕਿਵੇਂ ਬਰਕਰਾਰ ਰੱਖਿਆ ਹੈਗਾ ਔਰ ਕਿਵੇਂ ਆਪਣਾ ਰੁਤਬਾ ਸਟੇਟਸ ਬਣਾ ਕੇ ਰੱਖਿਆ ਉਸ ਤੋਂ ਵੱਡਾ ਤਾਂ ਕੋਈ ਲੀਡਰ ਬਣਿਆ ਨਹੀਂ ਹੈਗਾ ਉਹ ਉਹ ਵੀ ਹੈ ਕਿ ਤੁਸੀਂ ਉਦਾਂ ਦੀ ਵੀ ਸਿਆਸਤ ਕਰ ਸਕਦੇ ਜ਼ਰੂਰੀ ਨਹੀਂ ਕਿ ਤੁਸੀਂ ਮੈਂਬਰ ਪਾਰਲੀਮੈਂਟ ਬਣ ਕੇ ਜ਼ਰੂਰੀ ਤੁਸੀਂ ਐਮਐਲਏ ਬਣ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਚੋਣਾਂ ਹੋਣ ਹੀ ਆਲੀਆਂ ਨੇ ਹੋ ਸਕਦਾ ਹੈ ਕਿ ਇਹਨਾਂ ਲੋਕ ਸਭਾ ਚੋਣਾਂ ਤੋਂ ਬਾਅਦ ਤੁਹਾਡੀ ਜਿਹੜੀ ਸਿਆਸਤ ਕਾਲੀ ਦਲ ਦੀ ਹੈ ਜਿਵੇਂ ਭਾਜਪਾ ਦੀ ਸਿਆਸਤ ਹੈ RSS ਤੋਂ شروع ਹੁੰਦੀ ਹੈ ਸ਼੍ਰੋਮਣੀ ਕਾਲੀ ਦਲ ਦੀ ਸਿਆਸਤ ਕਹਾਂ ਉਹ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਹੁੰਦੀ ਕਿਉਂਕਿ ਇੱਥੇ 117 ਐਮਐਲਏ ਦਾ ਸਵਾਲ ਤੁਹਾਡੇ ਕੋਲ ਇਥੇ 175 ਮੈਂਬਰ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੋਰ ਕਾਲੀ ਦਲਵਾਸੇ ਬਹੁਤ ਵੱਡੇ ਚੱਲ ਜਾ ਅੱਜ ਬਹੁਤ ਸਾਰੇ ਦਿੱਲੀ ਦੇ ਸਿੱਖ ਜਿਹੜੇ ਕਾਲੀ ਦਲ ਨੇ ਪੈਦਾ ਕੀਤੇ ਸੀ ਕਾਲੀ ਦਲਵਾਸੇ ਸੋਹਾਵਾਂ ਖਾਂਦੇ ਪੰਥ ਦੀਆਂ ਸੋਹਾਵਾਂ ਖਾਂਦੇ ਸੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ ਸੀ ਕੌਪਟ ਮੈਂਬਰ ਬਣੇ ਉਹ ਸਾਰੀ ਦੁਨੀਆ ਭਾਜ ਗਈ ਹੈ